ਬਾਬੂ ਸ਼੍ਰੀ ਟੈਮ ਤੇ ਤੁਹਾਡਾ ਸਵਾਗਤ। ਮੈਂ ਹਾਂ ਬਿਕਰਮਜੀਤ ਸਿੰਘ। ਸੋ ਕਿਸਾਨਾਂ ਦੁਆਰਾ ਮੰਗਾਂ ਨੂੰ ਲੈ ਕੇ ਕੇਂਦਰ ਦੇ ਨਾਲ ਟਕਰਾਅ ਜਾ ਰਹੀ ਹੈ ਤੇ ਇਸ ਟਕਰਾਅ ਦੇ ਚੱਲਦਿਆਂ ਕਿਸਾਨ ਸ਼ੰਭੂ ਤੇ ਖਨੌਰੀ ਬਾਰਡਰ ਤੇ ਲਗਾਤਾਰ ਡਟੇ ਹੋਏ ਨੇ। ਉਧਰੋਂ ਹਰਿਆਣਾ ਗੌਰਮੈਂਟ ਵੱਲੋਂ ਕੀਤੀ ਸਖਤੀ ਅਤੇ ਦਿੱਲੀ ਜਾਣ ਲਈ ਬੇਝਿਜਕ ਜਿਹੜੇ ਕਿਸਾਨ ਨੇ, ਅਜੇ ਤੱਕ ਉਹਨਾਂ ਦਾ ਸੰਘਰਸ਼ ਜਾਰੀ ਹੈ। ਅੱਜ ਹੀ ਇੱਕ ਚੌਥੇ ਗੇੜ ਦੀ ਜਿਹੜੀ ਬੈਠਕ ਹੈ ਫਿਰ ਕਿਸਾਨਾਂ ਦੇ ਨਾਲ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਤਿੰਨ ਜਿਹੜੀਆਂ ਬੈਠਕਾਂ ਕੀਤੀਆਂ ਗਈਆਂ ਸਨ, ਉਹਨਾਂ ਬੈਠਕਾਂ ਦੇ ਵਿੱਚ ਵੀ ਕੋਈ ਵੀ ਸਾਰਥਿਕ ਸਿੱਟਾ ਸਾਹਮਣੇ ਨਹੀਂ ਆਇਆ। ਇਸ ਅੰਦੋਲਨ ਦੇ ਚੱਲਦਿਆਂ ਹਰਿਆਣਾ ਦੇ 7 ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਬਿਲਕੁਲ ਠੱਪ ਕਰ ਦਿੱਤੀਆਂ ਗਈਆਂ ਸਨ। ਸੋ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੈਂ ਜੇ ਗੱਲ ਕਰਾਂ, ਹਰਿਆਣਾ ਦੇ ਅੰਬਾਲਾ, ਕੈਥਲ, ਜੀਂਦ, ਕੁਰਕਸ਼ੇਤਰ, ਫਤਿਹਾਬਾਦ, ਸਿਰਸਾ, ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀਆਂ ਇੰਟਰਨੈਟ ਸੇਵਾਵਾਂ 15 ਤੱਕ ਬੰਦ ਸਨ, ਲੇਕਿਨ ਇਹ ਇੰਟਰਨੈਟ ਸੇਵਾਵਾਂ ਹੁਣ 19 ਤੱਕ ਬੰਦ ਕਰ ਦਿੱਤੀਆਂ ਗਈਆਂ ਨੇ। 19 ਤੱਕ ਕੋਈ ਵੀ ਇੰਟਰਨੈਟ ਸੇਵਾਵਾਂ ਇਹਨਾਂ ਇਲਾਕਿਆਂ ਵਿੱਚ ਆਮ ਲੋਕਾਂ ਨੂੰ ਉੱਥੋਂ ਮੁਹੱਈਆ ਨਹੀਂ ਹੋਣਗੀਆਂ। ਸੋ ਇਸ ਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰਾਲਿਆਂ ਵੱਲੋਂ ਹਰਿਆਣਾ ਪੰਜਾਬ ਦੇ ਬਾਰਡਰ ਦੇ ਨਾਲ ਲੱਗਦੇ ਕੁਝ ਥਾਣਿਆਂ ਦੇ ਵਿੱਚ ਵੀ ਇਹ ਇੰਟਰਨੈਟ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਨੇ। ਸਾਨੂੰ ਅਸੀਂ ਵਿਸਤਾਰ ਸਹਿਤ ਦੱਸਾਂਗੇ ਵੀ ਜ਼ਿਲ੍ਹਾ ਪਟਿਆਲਾ ਦੇ ਵਿੱਚ ਜੁਲਕਾ, ਘਨੌਰ, ਪਾਤਣਾ, ਸ਼ਤਰਾਣਾ, ਸਮਾਣਾ ਥਾਣਾ, ਘਨੌਰ ਤੇ ਦੇਵੀਗੜ੍ਹ, ਬਲਵੇੜਾ, ਪਸਿਆਣਾ, ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀਆਂ ਇੰਟਰਨੈਟ ਸੇਵਾਵਾਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ। ਇਸ ਦੇ ਨਾਲ ਹੀ ਮੋਹਾਲੀ ਦੇ ਲਾਲੜੂ ਥਾਣੇ ਦੇ ਅਧੀਨ ਖੇਤਰ ਦੇ ਵਿੱਚ ਇੰਟਰਨੈਟ ਸੇਵਾਵਾਂ ਬੰਦ ਨੇ। ਮੁਕਤਸਰ ਦੀ ਗੱਲ ਕਰੀਏ ਤਾਂ ਕਿਲ੍ਹਿਆਂ ਵਾਲੀ ਇਲਾਕੇ ਦੇ ਵਿੱਚ ਇੰਟਰਨੈਟ ਸੇਵਾਵਾਂ ਠੱਪ ਕੀਤੀਆਂ ਗਈਆਂ ਨੇ। ਮਾਨਸਾ ਦੇ ਸਦੂਲਗੜ੍ਹ ਅਤੇ ਬੋਹਾ ਇਲਾਕੇ ਜਿਹੜੇ ਥਾਣੇ ਪੈਂਦੇ ਨੇ ਉਹਨਾਂ ਵਿੱਚ ਇਹ ਸੇਵਾਵਾਂ ਬਿਲਕੁਲ ਬੰਦ ਕਰ ਦਿੱਤੀਆਂ ਗਈਆਂ ਨੇ। ਨਾਲ ਹੀ ਸੰਗਰੂਰ ਦੇ ਖਨੌਰੀ, ਮੋਨਕ, ਲਹਿਰਾ, ਸਨਾਮ ਅਤੇ ਛਾਜਲੀ ਵਿੱਚ ਇਹ ਸੇਵਾਵਾਂ ਅਗਲੇ 24 ਘੰਟੇ ਤੱਕ ਬਿਲਕੁਲ ਜਿਹੜੀਆਂ ਨੇ ਉਹ ਬੰਦ ਰਹਿਣਗੀਆਂ ਅਤੇ ਫਤਿਹਗੜ੍ਹ ਸਾਹਿਬ ਦੇ ਥਾਣੇ ਵਿੱਚ ਵੀ ਇਹ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ। ਸੋ ਹਰਿਆਣਾ ਅਤੇ ਪੰਜਾਬ ਦੇ ਬਾਰਡਰ ਦੇ ਨਾਲ ਇਹ ਇੰਟਰਨੈਟ ਸੇਵਾਵਾਂ ਬੰਦ ਹੋਣ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਲੋਕਾਂ ਨੂੰ ਦਿੱਕਤਾਂ, ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸੋ ਬਹੁਤ ਸਾਰੇ ਜਿਹੜੇ ਲੋਕ ਨੇ, ਹਰਿਆਣਾ 'ਚ ਮੈਂ ਗੱਲ ਕਰਾਂ, ਪਟਿਆਲਾ ਦੇ ਬਾਰਡਰ ਦੀ ਗੱਲ ਕਰੀਏ, ਚਾਹੇ ਉਹ ਮਾਨਸਾ ਦੇ ਨਾਲ ਬਾਰਡਰ ਲੱਗਦਾ, ਡੱਬਵਾਲੀ ਦੇ ਨਾਲ ਬਾਰਡਰ ਲੱਗਦਾ, ਸੋ ਬਠਿੰਡਾ ਦੇ ਇਲਾਕੇ ਵਿੱਚ ਵੀ ਬਾਰਡਰ ਲੱਗਦਾ। ਸੋ ਹਰਿਆਣਾ ਦੇ ਜਿਹੜੇ ਲੋਕ ਨੇ, ਬਹੁਤ ਸਾਰੇ ਲੋਕ ਨੇ ਜਿਹੜੇ ਡੇਰਿਆਂ ਦੇ ਪੰਜਾਬ ਦੇ ਹੱਦਾਂ ਦੇ ਉੱਪਰ ਰਹਿੰਦੇ ਨੇ, ਉਹਨਾਂ ਨੂੰ ਇੰਟਰਨੈਟ ਕਰਕੇ ਵੱਡੀਆਂ ਜਿਹੜੀਆਂ ਸਮੱਸਿਆਵਾਂ ਸਾਹਮਣਾ ਕਰਨਾ ਪਵੇਗਾ। ਅਤੇ ਜਿਹੜੇ ਲੋਕ ਪੰਜਾਬ ਦੇ ਵਿੱਚ ਵੱਖ ਵੱਖ ਸਰਕਾਰੀ ਵਿਭਾਗਾਂ ਜਾਂ ਵਪਾਰਕ ਕਿੱਤੇ ਦੇ ਤੌਰ 'ਤੇ ਜੁੜੇ ਸਨ ਉਹਨਾਂ ਨੂੰ ਵੀ ਕਈ ਔਖਿਆਈਆਂ ਆਉਣਗੀਆਂ ਇੰਟਰਨੈਟ ਸੇਵਾਵਾਂ ਦੇ ਨਾਲ। ਹੁਣ 10ਵੀਂ ਅਤੇ ਜਿਹੜੇ ਪਲੱਸ 2 ਦੇ ਪੇਪਰ ਨੇ ਪੰਜਾਬ ਭਰ ਦੇ ਵਿੱਚ ਚੱਲ ਰਹੇ ਨੇ। ਸੋ ਬਹੁਤ ਸਾਰੇ ਜਿਹੜੇ ਬੱਚੇ ਨੇ ਆਪਣੀ ਕਈ ਵਾਰੀ ਤਿਆਰੀ ਪੇਪਰ ਦੀ ਉਹ ਇੰਟਰਨੈਟ ਦੇ ਜ਼ਰੀਏ ਵੀ ਕਰਦੇ ਨੇ। ਇੰਟਰਨੈਟ ਸੇਵਾਵਾਂ ਬੰਦ ਹੋਣ ਕਰਕੇ ਉਹਨਾਂ ਬੱਚਿਆਂ ਦੀ ਪੜ੍ਹਾਈ 'ਤੇ ਵੀ ਡੂੰਘਾ ਅਸਰ ਪਵੇਗਾ। ਸੋ ਇਸ ਅੰਦੋਲਨ ਦੇ ਚੱਲਦਿਆਂ ਜਿਹੜੀਆਂ ਡੇਟਾਂ ਨੇ ਇੰਟਰਨੈਟ ਸੇਵਾਵਾਂ ਦੀਆਂ ਐਕਸਟੈਂਡ ਕੀਤੀਆਂ ਜਾ ਰਹੀਆਂ ਨੇ। ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ 19 ਤੋਂ ਬਾਅਦ ਇਹ ਸੇਵਾਵਾਂ ਹੋਰ ਕਿਹੜੀ ਤਰੀਕ ਤੱਕ ਵੱਧਦੀਆਂ ਨੇ ਜਾਂ ਇਹ ਸੇਵਾਵਾਂ ਖੋਲ੍ਹੀਆਂ ਜਾਣਗੀਆਂ, ਕਿਉਂਕਿ ਪੰਜਾਬ ਦੇ ਇਹਨਾਂ ਸਰਹੱਦੀ ਇਲਾਕਿਆਂ ਦੇ ਵਿੱਚ ਜਿਹੜੇ ਅਸੀਂ ਤੁਹਾਨੂੰ ਇਲਾਕੇ ਦੱਸੇ ਨੇ, ਥਾਣਿਆਂ ਦੇ ਵਿੱਚ ਇੰਟਰਨੈਟ ਜਿਹੜੀਆਂ ਸੇਵਾਵਾਂ ਨੇ ਬਿਲਕੁਲ ਬੰਦ ਕਰ ਦਿੱਤੀਆਂ ਗਈਆਂ ਨੇ। ਬਿਕਰਮਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ, ਪਟਿਆਲਾ।